ਸਤਿ ਸ਼੍ਰੀ ਅਕਾਲ ਸਰ, ਸੋ ਇਟ ਬਿਕਮਸ ਈਜ਼ੀਅਰ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ। ਨਵਾਂ ਨੋਟੀਫਿਕੇਸ਼ਨ ਜਿਹੜਾ 4/1/2022 ਦਾ ਆ ਚੁੱਕਿਆ ਸਕਰੂਟਨੀ ਦੇ ਰਿਗਾਰਡਿੰਗ 6/35 ਦੇ ਈਟੀ ਦਾ ਨੋਟਿਸ ਹੈਗਾ ਜੀ, ਉਹ ਆਇਆ ਹੈ। ਹਾਂਜੀ, ਸੋ ਇਹਦੇ ਵਿੱਚ ਲਿਖਿਆ ਕਿ ਪਹਿਲਾਂ ਦੇ ਤੇ ਪਬਲਿਕ ਨੋਟਿਸ 6/35 ਦੇ ਈਟੀ ਕਾਡਰ 6/35 ਈਟੀ ਕਾਡਰ ਵਿੱਚ EWS ਫੋਰ ਜਨਰਲ ਕੈਟੇਗਰੀ ਨਾਲ ਸੰਬੰਧਿਤ ਉਮੀਦਵਾਰਾਂ ਜਿਨ੍ਹਾਂ ਨੂੰ ਅੰਕ 64 ਜਾਂ 64 ਤੋਂ ਵੱਧ ਹਨ ਨੂੰ ਮਿਤੀ 5/1/2022 ਨੂੰ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ। ਉਪਰੋਕਤ ਵਿੱਚ ਸੋਧ ਕਰਦੇ ਹੋਏ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਮਿਤੀ 5 ਜਨਵਰੀ ਨੂੰ EWS ਫੋਰ ਜਨਰਲ ਕੈਟੇਗਰੀ ਨਾਲ ਸੰਬੰਧਿਤ ਕੇਵਲ 64 ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਹੀ ਸਕਰੂਟਨੀ ਲਈ ਹਾਜ਼ਰ ਹੋਣਗੇ, ਬਾਕੀ ਉਮੀਦਵਾਰ ਓਪਨ ਕੈਟੇਗਰੀ ਵਿੱਚ ਨਿਰਧਾਰਿਤ ਸ਼ਡਿਊਲ ਮੁਤਾਬਕ ਹੀ ਸਕਰੂਟਨੀ ਲਈ ਹਾਜ਼ਰ ਹੋਣਾ ਯਕੀਨੀ ਬਣਾਉਣ। ਇੱਥੇ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜਿਹੜੇ ਉਮੀਦਵਾਰ EWS ਫੋਰ ਜਨਰਲ ਕੈਟੇਗਰੀ ਅਤੇ ਬਾਕੀ ਕੈਟੇਗਰੀਆਂ ਨਾਲ ਸੰਬੰਧਿਤ ਹਨ ਅਤੇ ਉਹਨਾਂ ਵੱਲੋਂ ਓਪਨ ਕੈਟੇਗਰੀ ਵਿੱਚ ਸਕਰੂਟਨੀ ਕਰਵਾ ਲਈ ਗਈ ਹੈ, ਉਹਨਾਂ ਨੂੰ ਦੁਬਾਰਾ ਸਕਰੂਟਨੀ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ। ਤਾਂ ਦੇਖੋ, ਜਦੋਂ ਤੋਂ ਸਕਰੂਟਨੀ ਪ੍ਰੋਸੈਸ ਸ਼ੁਰੂ ਹੋਇਆ ਉਦੋਂ ਤੋਂ ਇਹੀ ਜਿਹੜਾ ਹੈ ਡਾਊਟ ਸਭ ਦੇ ਮਾਇੰਡ ਦੇ ਵਿੱਚ ਸੀ, ਕਿਉਂਕਿ ਲਿਸਟ ਆਊਟ ਨਹੀਂ ਸੀ ਕੀਤੀਆਂ ਕਿ ਅਸੀਂ ਕਦੋਂ ਜਾਣਾ ਹੈ, ਕਿ ਅਸੀਂ 2 ਵਾਰ ਜਾਣਾ ਹੈ, ਕਿਹੜੀ ਤਰੀਕ 'ਚ ਜਾਈਏ, ਓਪਨ ਵਾਲੀ 'ਚ ਜਾਈਏ ਜਾਂ ਦੂਜੀ 'ਚ ਜਾਈਏ। ਦੇਖੋ, ਉਹ ਚੀਜ਼ ਇੱਥੇ ਇਹਨਾਂ ਨੇ ਹੁਣ ਕਲੀਅਰ ਕਰ ਦਿੱਤੀ ਆਫਿਸ਼ਲੀ ਨੋਟਿਸ ਦੇ ਥਰੂ। ਇੱਕ ਤਾਂ 5 ਜਨਵਰੀ ਨੂੰ ਸਿਰਫ 64 ਜਿਨ੍ਹਾਂ ਦੇ ਨੰਬਰ ਨੇ ਉਹੀ ਉੱਥੇ ਜਾਣਗੇ, ਉਸ ਤੋਂ ਉੱਪਰ ਵਾਲੇ ਨੰਬਰ ਲਾਈਕ ਕਿਸੇ ਦਾ ਅਗਰ 65 ਨੰਬਰ ਵੀ ਹੈਗੇ ਆ ਤਾਂ ਓਪਨ ਦੇ ਵਿੱਚ ਜਾਣਗੇ। ਓਪਨ ਕੈਟੇਗਰੀ ਦੇ ਵਿੱਚ ਨਿਰਧਾਰਿਤ ਜਿਹੜਾ ਸ਼ਡਿਊਲ ਹੈ ਉੱਥੇ ਆਪਣੀ ਸਕਰੂਟਨੀ ਕਰਾਓਗੇ। EWS ਦੇ ਵਿੱਚ 5 ਤਰੀਕ ਨੂੰ ਜਿਹੜੀ ਸਕਰੂਟਨੀ ਹੋਣੀ ਹੈ, ਇਕੱਲੀ EWS, ਉਹਦੇ ਵਿੱਚ ਸਿਰਫ 64 ਜਿਨ੍ਹਾਂ ਨੇ ਅੰਕ ਲਿੱਤੇ ਨੇ ਉਹ ਜਿਹੜੇ ਉੱਥੇ ਜਾਣਗੇ। ਅਤੇ ਨਾਲ ਉਹਨਾਂ ਨੇ ਦੱਸਤਾ ਕਿ ਇੱਕ ਵਾਰ ਅਗਰ ਤੁਹਾਡੀ ਸਕਰੂਟਨੀ ਜਿਹੜੀ ਆ ਉਹ ਓਪਨ ਦੇ ਵਿੱਚ ਅਗਰ ਹੋ ਚੁੱਕੀ ਹੈ ਤਾਂ ਤੁਹਾਨੂੰ ਵਾਪਸ ਆਪਣੀ ਸਕਰੂਟਨੀ, ਆਪਣੀ ਜੋ ਕੈਟੇਗਰੀ ਆ ਉਹਦੀ ਸਕਰੂਟਨੀ ਦੇ ਵਿੱਚ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ। ਸੋ ਆਈ ਥਿੰਕ ਆਫਿਸ਼ਲੀ ਹੁਣ ਜਿੰਨੇ ਵੀ ਤੁਹਾਡੇ ਡਾਊਟ ਸੀ ਉਹ ਇੱਥੇ ਕਲੀਅਰ ਹੋ ਗਏ ਹੋਣਗੇ। ਹਾਂਜੀ, ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਰਿਜੈਕਟਡ ਲਿਸਟ ਆਫ 899 ਮਾਸਟਰ ਕਾਡਰ ਇੰਗਲਿਸ਼ ਪੋਸਟ, ਇਹ ਵੀ ਜਿਹੜਾ ਇੱਕ ਅੱਜ ਨਵਾਂ ਨੋਟਿਸ ਜਿਹੜਾ ਜਾਰੀ ਕੀਤਾ ਗਿਆ, ਇੱਕ ਵਾਰ ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ। ਦੇਖ ਸਕਦੇ ਹੋ 899 ਜੋ ਬੋਰਡਰ ਏਰੀਆ ਦੀ ਇੰਗਲਿਸ਼ ਦੀਆਂ ਪੋਸਟਾਂ ਆਊਟ ਹੋਈਆਂ ਸੀ ਉਹਦੇ ਵਿੱਚ ਇੱਕ ਕੈਂਡੀਡੇਟਸ ਦੇ ਜਿਹੜੇ ਆ ਉਹ ਦਿੱਤੀ ਹੋਈ ਹੈ ਜੀ, ਲਿਸਟ ਦਿੱਤੀ ਹੋਈ ਹੈ, ਇਹਨਾਂ ਕੈਂਡੀਡੇਟਸ ਨੂੰ ਰਿਜੈਕਟ ਕਰ ਦਿੱਤਾ ਗਿਆ। ਸੋ ਇਹ ਜਿਹੜੀ ਹੈਗੀ ਹੈ ਲਿਸਟ ਤੁਸੀਂ ਚੈੱਕ ਕਰ ਸਕਦੇ ਹੋ। ਹਾਂਜੀ, ਤੁਸੀਂ ਦੇਖ ਸਕਦੇ ਹੋ ਇਹ ETT ਵਾਲਿਆਂ ਲਈ ਵੀ ਹੈਗੀ ਹੈ ਜੀ। ਕਿਉਂ ਹੈਗੀ ਹੈ? ਕਿਉਂਕਿ ETT ਵਾਲੇ ਜਿਹੜੇ ਕੈਂਡੀਡੇਟਸ ਹੈਗੇ ਆ, ਤੁਸੀਂ ਦੇਖੋ ਕਿ ਇੱਥੇ ਜਿਹੜੀ ਰਿਜੈਕਸ਼ਨ ਹੈਗੀ ਹੈ ਨਾਲ ਰਿਜੈਕਸ਼ਨ ਦੇ ਰਿਮਾਰਕ ਵੀ ਦਿੱਤਾ ਹੋਇਆ ਕਿ ਕਿਸ ਰੀਜ਼ਨ ਕਰਕੇ ਉਹਨਾਂ ਨੂੰ ਜਿਹੜਾ ਰਿਜੈਕਟ ਕੀਤਾ ਗਿਆ। ਸੋ ਇਦਾਂ ਨਹੀਂ ਹੈਗਾ ਕਿ ਹਰ ਇੱਕ ਚੀਜ਼ ਉੱਥੇ ਚੈੱਕ ਨਹੀਂ ਹੁੰਦੀ ਹੈਗੀ, ਹਰ ਇੱਕ ਚੀਜ਼, ਹਰ ਇੱਕ ਤੁਹਾਡੀ ਪਰਫੋਰਮਾ, ਤੁਹਾਡੇ ਜਿਹੜੇ ਡਾਕੂਮੈਂਟਸ ਉਹ ਚੰਗੀ ਤਰ੍ਹਾਂ ਚੈੱਕ ਕੀਤੇ ਜਾਂਦੇ ਆ, ਅਤੇ ਅਗਰ ਕਿਸੇ ਵਿੱਚ ਕੋਈ ਪ੍ਰੋਬਲਮ ਆਉਂਦੀ ਜਾਂ ਕੋਈ ਹੋਰ ਦਿੱਕਤ ਹੁੰਦੀ ਹੈ ਤਾਂ ਉਹ ਰਿਜੈਕਟ ਹੋ ਸਕਦਾ ਕੈਂਡੀਡੇਟ। ਸੋ ਸਕਰੂਟਨੀ ਪ੍ਰੋਸੈਸ ਜਿਹੜੇ ਹੈਗੇ ਆ ਉਹ ਅੱਛੇ ਹੈਗੇ ਆ ਉਹਦੇ ਵਿੱਚ, ਉਹ ਕਈ ਵਾਰ ਜਿਹੜੇ ਸਕਰੂਟਨੀ ਸਿਰਫ ਤੁਸੀਂ ਜੋ ਕਰਾਇਆ ਹੈ ਉਸ ਤੋਂ ਇਲਾਵਾ ਵੀ ਤੁਹਾਡੇ ਜਿਹੜੇ ਇੱਕ ਵਾਰ ਫਿਰ ਤੋਂ ਜਿਹੜੇ ਤੁਹਾਡੇ ਡਾਕੂਮੈਂਟਸ ਆ ਵੈਰੀਫਿਕੇਸ਼ਨ ਲਈ ਜਾਂਦੇ ਆ। ਤਾਂ ਸਕਰੂਟਨੀ ਪ੍ਰੋਸੈਸ 'ਤੇ ਥੋੜ੍ਹਾ ਭਰੋਸਾ ਰੱਖੋ। ਲਿਸਟ 899 ਉਹਨਾਂ ਕੈਂਡੀਡੇਟਸ ਦੀ ਹੈ ਜਿਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ ਰਿਮਾਰਕਸ ਜਿਹੜੇ ਸਭ ਦੇ ਨਾਲ ਦਿੱਤੇ ਹੋਏ ਆ ਕਿ ਕਿਉਂ ਇਹਨਾਂ ਨੂੰ ਇਸ ਇੱਥੇ ਜਿਹੜਾ ਰਿਜੈਕਟ ਕੀਤਾ ਗਿਆ। ਇੱਥੇ ਸਿਰਫ 899 ਹੀ ਨਹੀਂ ਬਲਕਿ ਮਾਸਟਰ ਕੈਡਰ ਸਾਇੰਸ ਬੈਕਲੋਗ 518 ਅਤੇ ਨਾਲ ਹੀ ਮਾਸਟਰ ਕੈਡਰ ਮੈਥ ਬੈਕਲੋਗ 595, ਤਾਂ ਸਾਇੰਸ ਦੇ 518 ਔਰ ਮੈਥ ਦੇ 595 ਅਤੇ ਨਾਲ ਹੀ ਮਾਸਟਰ ਕਾਡਰ ਇੰਗਲਿਸ਼ ਦੀਆਂ 380 ਪੋਸਟਾਂ ਦੇ ਵਿੱਚ ਜਿਹੜੇ ਹੈ ਰਿਜੈਕਸ਼ਨ ਲੈਟਰ ਆਈ ਹੈ। ਟੋਟਲ 4 ਜਿਹੜੀ ਹੈ ਲੈਟਰ ਆਈ ਹੈ, ਜਿਹੜੀ ਟੋਟਲ 2392 ਪੋਸਟਾਂ ਜਿਹੜੀਆਂ ਆਊਟ ਕੀਤੀਆਂ ਗਈਆਂ ਸੀ, ਜਿਹੜੀ 899 ਇੰਗਲਿਸ਼ ਦੀਆਂ ਫਰੈਸ਼ ਪੋਸਟਾਂ ਸੀ, ਬਾਕੀ ਜਿਹੜੀ ਪੋਸਟਾਂ ਬੈਕਲੋਗ ਦੀਆਂ ਸੀਗੀਆਂ, ਸੋ ਉਹਨਾਂ ਦੇ ਵਿੱਚ ਰਿਜੈਕਟਡ ਕੈਂਡੀਡੇਟਸ ਦੀ ਲਿਸਟ ਜਿਹੜੀ ਆ ਆਊਟ ਕੀਤੀ ਗਈ ਹੈ। ਤਾਂ ਇਹ ਸੀਗੀ ਜੀ ਇਨਫੋਰਮੇਸ਼ਨ, ਆਈ ਹੋਪ ਇਨਫੋਰਮੇਸ਼ਨ ਤੁਹਾਡੀ ਯੂਸਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।